ਬਿੱਲਾਂ ਨੂੰ ਲੈ ਕੇ ਜਿੱਥੇ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅਜੇ ਵੀ ਅੰਦੋਲਨ ਕਰ ਰਹੇ ਨੇ ਉੱਥੇ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ। ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੀ ਭਾਜਪਾ ਆਗੂਆਂ ਦੀ ਮੀਟਿੰਗ ਚੱਲ ਰਹੀ ਸੀ ਕਿ ਕਿਸਾਨ ਜਥੇਬੰਦੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ, ਪਰ ਸੁਰੱਖਿਆ ਤੇ ਸਖ਼ਤ ਬੰਦੋਬਸਤ ਹੋਣ ਦੇ ਬਾਵਜੂਦ ਵੀ ਉੱਥੇ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ ਸੀ। ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਕਿਸਾਨ ਉੱਥੇ ਪਹੁੰਚੇ, ਅੰਦਰ ਮੀਟਿੰਗ ਵਿੱਚ ਬੈਠੇ ਭਾਜਪਾ ਵਰਕਰਾਂ ਵੱਲੋਂ ਵੀ ਮੁਰਦਾਬਾਦ ਤੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਗਏ। ਮਾਮਲਾ ਵਿਗੜ ਸਕਦਾ ਸੀ ਅਗਰ ਪੁਲਿਸ ਫੋਰਸ ਮੌਕਾ ਨਾ ਸੰਭਾਲਦੀ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਕਿਸਾਨ ਜਥੇਬੰਦੀਆਂ ਬੀਜੇਪੀ ਵਰਕਰਾਂ ਦੇ ਵਿਚਕਾਰ ਇੱਕ ਦੀਵਾਰ ਜਿਹੀ ਬਣ ਗਏ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਾ ਹੋ ਸਕੇ। ਪੁਲਿਸ ਵੱਲੋਂ ਬੜੀ ਸਮਝਦਾਰੀ ਦਾ ਕੰਮ ਲੈਂਦਿਆਂ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਿਭਾਈ ਗਈ ਤਾਂ ਜੋ ਕੋਈ ਟਾਕਾ ਨਾ ਹੋਵੇ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬੀਜੇਪੀ ਦੇ ਵੱਡੇ ਆਗੂ ਨੂੰ ਸਹੀ ਸਲਾਮਤ ਉੱਥੋਂ ਕੱਟਿਆ ਗਿਆ। ਮੌਕੇ ਕਿਸਾਨ ਬੀਬੀਆਂ ਵੀ ਵੱਡੇ ਪੱਧਰ 'ਤੇ ਮੌਕੇ 'ਤੇ ਪਹੁੰਚ ਗਈਆਂ, ਜਿਨ੍ਹਾਂ ਵੱਲੋਂ ਬੀਜੇਪੀ ਦੇ ਆਗੂਆਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਪੂਰੇ ਮਾਮਲੇ 'ਤੇ ਕਿਸਾਨ ਆਗੂਆਂ ਦਾ ਕੀ ਕਹਿਣਾ ਸੀ, ਤੁਸੀਂ ਵੀ ਸੁਣੋ। ਪਰ ਇੱਥੇ ਪ੍ਰਸ਼ਾਸਨ ਇਸ ਚੀਜ਼ ਨੂੰ ਜਿਹੜਾ ਮੁੱਦਾ ਉਸਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ, ਕਿਉਂਕਿ ਇਹ ਮੰਦਰ ਦੇ ਵਿੱਚ ਇਹਨਾਂ ਨੇ ਅੱਜ ਜਿਹੜੀ ਆ ਮੀਟਿੰਗ ਕੀਤੀ ਆ, ਇਹ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਸਾਡਾ ਕਿਸੇ ਵੀ ਹਿੰਦੂ ਧਰਮ ਨਾਲ ਜਾਂ ਹੋਰ ਧਰਮ ਦੇ ਨਾਲ ਸਾਡਾ ਕੋਈ ਵੈਰ ਨਹੀਂ ਹੈਗਾ। ਇਹ ਜਿੱਥੇ ਵੀ ਮੀਟਿੰਗ ਕਰਨਗੇ, ਚਾਹੇ ਗੁਰੂ ਘਰ 'ਚ ਕਰਨ, ਜਿੱਥੇ ਵੀ ਕਰਨ, ਅਸੀਂ ਬੀਜੇਪੀ ਕਰਦੇ ਰਹਾਂਗੇ। ਜਿਹੜੀਆਂ ਕੋਝੀਆਂ ਸਾਜ਼ਿਸ਼ਾਂ ਦੇ ਨਾਲ ਇਹ ਬਿੱਲ ਬਣਾ ਕੇ ਦੇਸ਼ ਦੀ ਹੋਂਦ ਨੂੰ ਖਤਰਾ ਕੀਤਾ ਜਾ ਰਿਹਾ, ਅੱਜ ਬੀਜੇਪੀ ਉਹੀ ਕੋਝੀਆਂ ਸਾਜ਼ਿਸ਼ਾਂ ਦੇ ਨਾਲ ਸ਼ਹਿਰ ਦੇ ਵਿੱਚ ਚੋਣ ਪ੍ਰਚਾਰ ਕਰਨ ਜਾ ਰਹੇ ਨੇ ਔਰ ਇਹੋ ਜਿਹੀਆਂ ਦੱਸਣ ਜਾ ਰਹੇ ਲੋਕਾਂ ਨੂੰ ਬਿੱਲ ਬਿਲਕੁਲ ਸਹੀ ਨੇ। ਅਗਰ ਬਿੱਲ ਬਿਲਕੁਲ ਸਹੀ ਨੇ ਤਾਂ ਸਾਡੇ ਨਾਲ ਬਾਹਰ ਆ ਕੇ ਗੱਲ ਕਰਨ, ਅਸੀਂ ਇਹਨਾਂ ਨਾਲ ਡਿਬੇਟ ਕਰਨ ਨੂੰ ਤਿਆਰ ਆ। ਪ੍ਰੈਸ ਕਰੀਏ ਲਾਈਵ ਤੁਹਾਡੀ ਹਾਜ਼ਰੀ ਦੇ ਵਿੱਚ ਬਿੱਲ ਸਾਡੇ ਨਾਲ ਗੱਲ ਕਰਨ, ਔਰ ਇਹ ਬਿਲਕੁਲ ਇਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਹੇ ਨੇ, ਦੇਸ਼ ਦੀ ਹੋਂਦ ਨੂੰ ਵੇਚਣ ਜਾ ਰਹੇ ਨੇ। ਅਸੀਂ ਬਿਲਕੁਲ ਇਹ ਕੰਮ ਹੋਣ ਨਹੀਂ ਦਿਆਂਗੇ। ਬੀਜੇਪੀ ਵਾਲੇ ਬਾਰੇ ਝੜਕੋਈ ਥੋੜ੍ਹੇ ਜਿਹੇ ਕੀ ਗੱਲ, ਕੋਈ ਝਪਟੇ ਕਰ ਹੀ ਨਹੀਂ ਸਕਦੇ। ਇਹ ਕਾਣੇ ਨੇ ਅੰਦਰੋਂ, ਮੈਂ ਕਹਿੰਦਾ ਪੁਲਿਸ ਦੀ ਹਾਜ਼ਰੀ, ਅਸੀਂ ਦੋ ਜਣੇ ਕੁਰਸੀ 'ਤੇ ਬੈਠ ਕੇ ਡਿਬੇਟ ਕਰਨ ਨੂੰ ਤਿਆਰ ਆ, ਕੋਈ ਝਗੜੇ ਵਾਲੀ ਗੱਲ ਨਹੀਂ ਹੈਗੀ। ਇਹ ਬਿਲਕੁਲ ਦੇਸ਼ ਦੀ ਹੋਂਦ ਨੂੰ ਵੇਚਣ ਜਾ ਰਹੇ ਨੇ। ਜਿਵੇਂ ਜੰਮੂ ਕਨੇਡਾ ਹਾਈਵੇ ਨਿਕਲ ਰਿਹਾ, ਇਹ ਸਾਰੇ ਬਾਹਰਲੇ ਕੰਟਰੀਆਂ WTO ਦੇ ਨਾਲ ਲੱਗ ਕੇ ਇਸ ਦੇਸ਼ ਨੂੰ ਖਤਮ ਕਰਨ ਜਾ ਰਹੇ ਨੇ। ਅੱਜ ਮਹਿੰਗਾਈ ਇੰਨੀ ਹੋ ਚੁੱਕੀ ਹੈ, ਦੇਸ਼ ਦਾ ਭਾਵੇਂ ਉਹ ਮੁਲਾਜ਼ਮ ਹੈ, ਭਾਵੇਂ ਛੋਟਾ ਵਪਾਰੀ ਹੈ, ਭਾਵੇਂ ਡਰਾਈਵਰ ਹੈ, ਭਾਵੇਂ ਖੇਤੀ ਵਾਲਾ, ਹਰੇਕ ਬੰਦਾ ਅੱਜ ਇਹਨਾਂ ਤੋਂ ਦੁਖੀ ਹੋ ਚੁੱਕਾ, ਦੇਸ਼ ਦੀ ਹੋਂਦ ਖਤਰੇ 'ਚ। ਪਰ ਸੋ ਇਹਨਾਂ ਨੂੰ ਅਸੀਂ ਬਿਲਕੁਲ ਕੋਈ ਇਹੋ ਜਿਹਾ ਪ੍ਰਚਾਰ ਨਹੀਂ ਕਰਨ ਦੇਵਾਂਗੇ, ਜਿੱਥੇ ਵੀ ਜਾਣਗੇ ਉਹਨਾਂ ਦਾ ਵਿਰੋਧ ਕਰਾਂਗੇ। ਬੀਜੇਪੀ ਦੇ ਲੀਡਰ ਅੰਦਰ ਬੈਠੇ ਨੇ, ਬਾਹਰ ਨਹੀਂ ਨਿਕਲ ਰਹੇ ਹੋ। ਜਦੋਂ ਸਾਨੂੰ ਪਤਾ ਲੱਗਿਆ ਵੀ ਮੀਟਿੰਗ ਕਰਕੇ ਸ਼ਹਿਰ 'ਚ ਮਾਰਚ ਕਰਨ ਜਾ ਰਹੇ ਨੇ ਬੀਜੇਪੀ ਦੇ ਹੱਕ ਦੇ ਵਿੱਚ, ਸਾਡੇ ਬੱਚਿਆਂ ਦਾ
देख सकते हो विरोध किस किस्म का हो रहा है।